ਜਿੱਦਾਂ ਤੁਸੀਂ ਉਹਦਾ ਜਗੀਰਾ ਨੀ ਰਾਤ ਫੜਿਆ ਉਹ ਸਿਵ ਬਾਬਾ ਲਾਲ ਕਿਤਾਬਾਂ ਵਾਲੇ ਦਾ ਰਾਤ ਪਤਾ ਜੇ ਅੰਦਰ ਉਹਨੇ ਬੜੇ ਉਦੋਂ ਬੜੀ ਬਾਬੇ ਦੀ ਕਿਰਪਾ ਜਿਹੜਾ ਕੰਮ ਕਹਿਣਾ ਹੋ ਜਾਂਦਾ ਹੁੰਦਾ ਸ਼ਾਮਾਂ ਨੂੰ ਨਹੀਂ ਨਹੀਂ ਆਪਾਂ ਜਿਹੜਾ ਕੰਮ ਮਨ ਚ ਸੋਚਣਾ ਵੀ ਆਹ ਕੰਮ ਬਾਬਾ ਕਰਦੇ ਤੇ ਬਾਬੇ ਨੇ ਕਰ ਦੇਣੀ ਕਿਰਪਾ ਉਹ ਬੜਾ ਤਗੜਾ ਜਗੀਰਾ ਇਹ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਸਾਨੂੰ ਮੁਖਬਰ ਨੇ ਤਾਂ ਕੋਈ ਇਤਲਾਹ ਦਿੱਤੀ ਸੀ ਅਤੇ ਅਸੀਂ 3-4 ਦਿਨ ਦੇ ਤੋਂ ਨਜ਼ਰ ਰੱਖੀ ਸੀ ਵੀ ਇਹਦਾ ਸਾਨੂੰ ਪਤਾ ਲੱਗਾ ਸੀ ਕਿ ਜੈਨਾਡੋਰ ਗੱਟੂ ਵੇਚਣ ਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਵਾ ਮਨਦੀਪ ਸਿੰਘ ਆ ਜੀ ਉਮਰਪੁਰੇ ਦਾ ਇਹ ਆਪਣੇ ਘਰ ਹੀ ਜਿਹੜਾ ਵਾ ਜਿਹੜੇ ਗਾਹਕਾਂ ਨੂੰ ਜਿਹੜਾ ਵਾ ਚਾਈਨਾ ਗੱਟੂ ਵੇਚਦਾ ਸੀ ਇਹਨੂੰ ਕੱਲ੍ਹ ਸ਼ਾਮੀ ਆਪਾਂ ਜਿਹੜਾ ਵਾ ਮੁਖਬਰ ਦੀ ਇਤਲਾਹ ਉੱਤੇ ਇਹਨੂੰ ਕਾਬੂ ਕੀਤਾ ਅਤੇ 105 ਚਾਈਨਾ ਰੋਡ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ ਇਹਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਧਾਰਾ 188 IPC ਤਹਿਤ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚਾਈਨਾ ਡੋਰ ਦੀ ਹੈ ਨਾ ਇਹ ਖਰੀਦਣ ਅਤੇ ਨਾ ਕੋਈ ਵੇਚੇ ਕਿਉਂ ਇਹ ਚਾਈਨਾ ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਅਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਆ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚਾਈਨਾ ਡੋਰ ਖਰੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆਪ ਹੀ ਕੰਮ ਬੰਦ ਹੋ ਜਾਏਗਾ ਸਾਡੀ ਤਾਂ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਅਪੀਲ ਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚਾਈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਜ ਆਉਣਗੇ ਤਾਂ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।